ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਸੀਗਾ ਕਿ ਕਿਸ ਤਰ੍ਹਾਂ ਫੇਕ ਰਜਿਸਟਰੀ ਕਰਕੇ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਸੀ ਕਰੋੜਾਂ ਰੁਪਏ ਦੀ, ਔਰ ਇਹਦਾ ਮਾਸਟਰ ਮਾਈਂਡ ਵਿਦੇਸ਼ ਚ ਬਹਿ ਕੇ ਇਹ ਪੂਰਾ ਨੈਕਸਸ ਚਲਾ ਰਿਹਾ ਸੀ, ਆਪਣੇ ਹੀ ਰਿਸ਼ਤੇਦਾਰਾਂ ਦਾ, ਆਪਣੇ ਹੀ ਰਿਲੇਟਿਵਸ ਦਾ ਦੇ ਨਾਲ ਠੱਗੀ ਕਰ ਰਿਹਾ ਸੀਗਾ, ਔਰ ਆਪਣੀ ਇੱਕ ਪੂਰੀ ਗੈਂਗ ਬਣਾਈ ਹੋਈ ਸੀ। ਹਾਲਾਂਕਿ ਪੁਲਿਸ ਦੇ ਕੋਲ ਇਹ ਮਾਮਲਾ ਜਦ ਪਹੁੰਚਦਾ ਤਾਂ ਇਨਵੈਸਟੀਗੇਸ਼ਨ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਹ ਪੂਰਾ ਮਾਮਲਾ ਟਰੇਸ ਆਊਟ ਕੀਤਾ ਹੈ ਤੇ ਇਹਦੇ ਵਿੱਚ ਗ੍ਰਿਫਤਾਰੀਆਂ ਕੀਤੀ ਗਈਆਂ। ਸਾਡੇ ਨਾਲ ਸੀਨੀਅਰ ਆਫੀਸਰ ਨੇ, ਸਰ ਇਹ ਪੂਰਾ ਮਾਮਲਾ ਤੁਹਾਡੇ ਸੰਗਿਆਨ ਚ ਕਦ ਆਇਆ, ਇਹਦੇ ਚ ਕਿਸ ਤਰ੍ਹਾਂ ਠੱਗੀ ਉਹ ਕਰਦੇ ਸੀਗੇ, ਇਹ ਪੂਰੀ ਇਨਵੈਸਟੀਗੇਸ਼ਨ ਚ ਹੁਣ ਤੱਕ ਦੀ ਕੀ ਗੱਲ ਸਾਹਮਣੇ ਆਈ? ਬੇਸਿਕਲੀ ਜੀ, ਪਿਛਲੇ ਸਾਲ 12ਵੇਂ ਮਹੀਨੇ 'ਚ ਸਾਡੇ ਨੋਟਿਸ 'ਚ ਆਇਆ ਸੀਗਾ, ਜਿਹੜੇ ਅਸਲ ਓਨਰ ਨੇ ਸ਼ਿਵਾਲਿਕ ਸਿਟੀ 'ਚ ਇਹ ਪਲੋਟ ਸਿਚੁਏਟਡ ਸੀਗਾ, ਉਹਨਾਂ ਨੇ ਸਾਡੇ ਧਿਆਨ 'ਚ ਲਿਆਂਦਾ ਸੀਗਾ ਕਿ ਉਹਨਾਂ ਦੀ ਜਗ੍ਹਾ 'ਤੇ ਕਿਸੇ ਹੋਰ ਲੇਡੀ ਨੂੰ ਖੜੀ ਕਰਕੇ ਕਿਸੇ ਨੇ ਫੇਕ ਜਿਹੜੀ ਸੇਲ ਡੀਡ ਐਗਜ਼ੀਕਿਊਟ ਕਰਤੀ ਹੈਗੀ ਹੈ, ਅਤੇ ਉਹਦੇ ਬੇਸਿਸ 'ਤੇ ਅਸੀਂ ਮੁਕੱਦਮਾ ਨੰਬਰ 357/23 ਥਾਣਾ ਸਿਟੀ ਖਰੜ ਦਰਜ ਕੀਤਾ ਸੀਗਾ। ਉਸ ਤੋਂ ਬਾਅਦ ਜਿਹੜੀ ਆ ਅਗਲੀ ਤਫਤੀਸ਼ ਜੋ ਅਮਲ ਚ ਲਿਆਂਦੀ ਸੀ। ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ, ਕਿੰਨੇ ਲੋਕ ਇਹਦੇ ਵਿੱਚ ਇਨਵੋਲਵ ਸੀਗੇ ਔਰ ਕਿਸ ਤਰ੍ਹਾਂ ਉਹਨਾਂ ਨੇ ਪੂਰੀ ਮੋਡਸ ਆਪਰੈਂਡੀ ਕੀ ਸੀ? ਇਹ ਬੇਸਿਕਲੀ ਜੀ, ਜਿਹੜੇ ਕੰਪਲੇਨੈਂਟ ਨੇ ਉਹਨਾਂ ਦਾ ਹੀ ਸਨ ਇਨ ਲਾਅ ਹੈਗਾ ਗੁਰਜਿੰਦਰ ਸਿੰਘ, ਜੋ ਪਿੱਛੇ ਹੁਣ ਸੰਗਰੂਰ ਦਾ ਰਹਿਣ ਵਾਲਾ ਤੇ ਹੁਣ ਕੈਨੇਡਾ ਰਹਿੰਦਾ। ਉਹਦੇ ਕੋਲ ਇਹਨਾਂ ਦੇ ਡਾਕੂਮੈਂਟਸ ਵਗੈਰਾ ਸੀਗੇ, ਆਧਾਰ ਕਾਰਡ, ਪੈਨ ਕਾਰਡ ਤੇ ਬਾਕੀ ਜੋ ਪ੍ਰੋਪਰਟੀ ਦੇ ਰਿਲੇਟਡ ਜਿਹੜੇ ਡਾਕੂਮੈਂਟ ਸੀਗੇ, ਉਹਨਾਂ ਨੇ ਹੀ ਆਪਣੇ ਸਾਥੀਆਂ ਨੂੰ ਜੋ ਹੈ ਇਹ ਸਾਰੇ ਡਾਕੂਮੈਂਟ ਭੇਜੇ ਸੀਗੇ, ਤੇ ਉਹਨਾਂ ਨੇ ਫੌਰਜ ਕਰਕੇ ਆਧਾਰ ਕਾਰਡ, ਪੈਨ ਕਾਰਡ ਉਹਨਾਂ ਦੇ ਫੈਬਰੀਕੇਟ ਕਰਕੇ, ਤੇ ਉਹਦੇ ਬੇਸਿਸ ਤੇ ਫਿਰ ਅੱਗੇ ਇਹਨਾਂ ਨੇ ਜਿਹੜਾ ਹੈਗਾ ਇਹ ਫੇਕ ਰਜਿਸਟਰੀ ਕਰਵਾਈ ਸੀ। ਤੇ ਸਰ ਇਹ ਕਿਉਂਕਿ ਰਜਿਸਟਰੀ ਦਾ ਵੀ ਕਈ ਮੈਥਡ ਹੁੰਦੇ ਆ, ਤਹਿਸੀਲਦਾਰ, ਸਬ ਤਹਿਸੀਲਦਾਰ, ਕਈ ਚੀਜ਼ਾਂ ਇਹਦੇ ਚ ਹੁੰਦੀ ਹੈ, ਤਾਂ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ, ਭਨਕ ਨਹੀਂ ਲੱਗੀ ਕਿ ਇਹ ਫਾਰਾ ਫੇਕ ਹੈ? ਇਹ ਬੇਸਿਕਲੀ ਜੀ, ਜਿਵੇਂ ਮੈਂ ਦੱਸਿਆ, ਉਹਨਾਂ ਕੋਲ ਲੇਡੀ ਦੇ ਆਧਾਰ ਕਾਰਡ, ਪੈਨ ਕਾਰਡ ਤੇ ਪ੍ਰੋਪਰਟੀ ਦੇ ਡਾਕੂਮੈਂਟਸ ਵੀ ਸੀਗੇ, ਯਾਨੀ ਓਰੀਜਨਲ ਓਨਰਸ ਨੂੰ ਨਹੀਂ ਪਤਾ ਸੀਗਾ ਇਹਦੇ ਬਾਰੇ? ਹਾਂਜੀ, ਓਰੀਜਨਲ ਓਨਰਸ ਨੂੰ ਨਹੀਂ ਸੀ ਪਤਾ ਜੀ, ਉਹਨਾਂ ਦੇ ਡਾਕੂਮੈਂਟਸ ਹੀ ਯੂਜ਼ ਕਰਕੇ, ਇਹਨਾਂ ਤਾਂ ਸਾਨੂੰ ਵੀ ਇਨੀਸ਼ੀਅਲ ਤੌਰ ਤੇ ਥੋੜਾ ਲੱਗ ਰਿਹਾ ਸੀ ਕਿ ਕੋਈ ਅੰਦਰਲਾ ਬੰਦਾ ਇਹਨਾਂ ਦਾ ਕੋਈ ਨੋਨ ਹੋ ਸਕਦਾ, ਪਰ ਆਪਣੇ ਕੋਲ ਕੰਕਲੂਸਿਵ ਐਵੀਡੈਂਸ ਨਹੀਂ ਸੀਗਾ। ਉਹ ਸਾਰੀ ਚੀਜ਼ਾਂ ਤਫਤੀਸ਼ ਦੇ ਵਿੱਚ ਹੀ ਜਦੋਂ ਗੁਰਦੀਪ ਸਿੰਘ ਨਾਮ ਦਾ ਵਿਅਕਤੀ, ਜਿਹਦੇ ਨਾਮ ਤੇ ਇਹਨਾਂ ਨੇ ਜੋ ਜਿਹੜਾ ਅਲੈਜਡ ਬਾਇਰ ਸੀਗਾ, ਆਪਣੇ ਹੀ ਬੰਦੇ ਨੂੰ ਇਹਨਾਂ ਨੇ ਵੇਚਤੀ? ਹਾਂਜੀ ਹਾਂਜੀ, ਇਹਨਾਂ ਨੇ ਆਪਦੇ ਗੈਂਗ ਦੇ ਵਿੱਚ ਹੀ, ਪਹਿਲਾਂ ਇਹਨਾਂ ਨੇ ਐਕਚੁਅਲੀ ਕੋਸ਼ਿਸ਼ ਕੀਤੀ ਸੀਗੀ ਕਿ ਬਾਰੋ ਬਾਰ ਕਿਸੇ ਜੈਨੂਨ ਓਨਰ ਨੂੰ ਵੇਚ ਦੇਣ, ਪਰ 2-3 ਮਹੀਨੇ ਜਦੋਂ ਇਹਨਾਂ ਨੇ ਟਰਾਈ ਕੀਤਾ ਉਸ ਚੀਜ਼ ਨੂੰ ਨਹੀਂ ਅੰਜਾਮ ਦੇ ਸਕੇ, ਫਿਰ ਇਹਨਾਂ ਨੇ ਆਪਦੇ ਹੀ ਬੰਦੇ ਜਿਹੜਾ ਆਪਦੇ ਗੈਂਗ ਦਾ ਇੱਕ ਮੈਂਬਰ ਆ ਉਹਦੇ ਨਾਮ ਤੇ ਹੀ ਕਰਵਾ ਕੇ ਰਜਿਸਟਰੀ ਕਰਵਾਈ ਸੀਗੀ, ਤੇ ਉਹਨੇ ਫਿਰ ਉਸ ਤੋਂ ਬਾਅਦ ਅੱਗੇ ਕਿਸੇ ਤੋਂ ਬਿਆਨਾ ਵੀ ਜੋ ਹਾਸਲ ਕਰ ਲਏ। ਸਰ ਇਹ ਜਿੰਨੇ ਵੀ ਫੜੇ ਗਏ ਨੇ ਇਹ ਸਾਰੇ ਕਮਿਸ਼ਨ ਬੇਸ ਤੇ, ਇਹਨਾਂ ਨੂੰ ਕਮਿਸ਼ਨ ਮਿਲਣਾ ਸੀਗਾ ਜਿਹਦੇ ਸਾਰਾ? ਇਹਨਾਂ ਨੇ ਜੀ ਬੇਸਿਕਲੀ ਜਿਹੜਾ ਰਜਿੰਦਰ ਨਿੱਕਾ ਤੇ ਫਲਜੀਤ ਸਿੰਘ ਐਲੀਅਸ ਬੱਗਾ, ਇਹਨਾਂ ਤੇ ਪਹਿਲਾਂ ਵੀ ਥਾਣਾ ਸਦਰ ਸੰਗਰੂਰ ਇਸ ਤਰ੍ਹਾਂ ਦੇ ਹੀ ਜਿਹੜਾ ਹੈਗਾ ਮੈਟਰ ਪਹਿਲਾਂ ਦਾ ਵੀ FIR ਰਜਿਸਟਰ ਹੈਗੀ ਆ, ਸਿਮਿਲਰ ਟਾਈਪ ਦਾ ਫਰਾਡ ਇਹਨਾਂ ਨੇ ਕੀਤਾ ਸੀਗਾ, ਤਾਂ ਇਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਜੋ ਇਹਦੇ ਵਿੱਚੋਂ ਇਹਨਾਂ ਨੇ ਠੱਗੀ ਮਾਰਨੀ ਸੀ ਉਹ ਆਪਸ 'ਚ ਵੰਡਣ ਦੀ ਹੀ ਨੀਤ ਨਾਲ ਇਹ ਸਾਰਾ ਕੀਤਾ ਸੀ। ਠੀਕ ਹੈ ਸਰ, ਹੁਣ ਤੱਕ ਦੇ ਕਿੰਨੇ ਮਾਮਲੇ, ਕਿੰਨੇ ਖਿਲਾਫ ਮਾਮਲਾ ਦਰਜ ਕੀਤਾ ਤੇ ਕਿੰਨੀ ਗ੍ਰਿਫਤਾਰੀਆਂ ਹੋਈਆਂ? ਇਹ ਬੇਸਿਕਲੀ ਜੀ, ਇਨੀਸ਼ੀਅਲੀ ਅਸੀਂ 357/23 ਜਿਵੇਂ ਮੈਂ ਦੱਸਿਆ FIR ਰਜਿਸਟਰ ਕੀਤੀ ਸੀ ਟੋਟਲ 5 ਜਣਿਆਂ ਤੇ, ਜਿਹਦੇ ਵਿੱਚੋਂ ਇੱਕ ਤਾਂ ਜਿਹੜੀ ਫੇਕ ਲੇਡੀ ਸੀ ਉਹ ਸੀ, ਨੰਬਰ 2 ਗੁਰਦੀਪ ਸਿੰਘ ਸੀਗਾ ਜਿਹੜਾ ਅਲੈਜਡ ਬਾਇਰ ਸੀਗਾ, 2 ਵਿਟਨੈਸ ਸੀਗੇ ਜੀ, ਇੱਕ ਨੰਬਰਦਾਰ ਸੀ ਤੇ ਇੱਕ ਹੋਰ ਵਿਟਨੈਸ ਸੀ ਤੇ ਇੱਕ ਰਜਿਸਟਰੀ ਰਾਈਟਰ ਸੀਗੇ। ਦੌਰਾਨੇ ਤਫਤੀਸ਼ ਅਸੀਂ ਗੁਰਦੀਪ ਸਿੰਘ ਨੂੰ ਜਿਹੜਾ ਹੈਗਾ ਟਰੇਸ ਕੀਤਾ, ਕਾਫੀ ਮਿਹਨਤ ਮੁਸ਼ਕਤ ਨਾਲ ਟਰੇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ। ਉਹਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਬਾਕੀ ਲੋਕ ਨੇ, ਪਰਵਿੰਦਰ ਸਿੰਘ ਮਾਨ, ਫਲਜੀਤ ਸਿੰਘ ਬੱਗਾ, ਰਜਿੰਦਰ ਨਿੱਕਾ, ਜਿਹੜੇ ਸਾਰੇ ਸੰਗਰੂਰ ਦੇ ਰਹਿਣ ਵਾਲੇ ਨੇ, ਤੇ ਜਿਹੜਾ ਬਾਹਰ ਇੱਕ ਕੈਨੇਡਾ ਚ ਮੈਂ ਦੱਸਿਆ ਜਿਹੜਾ ਉਹਨਾਂ ਦਾ ਓਨਰ ਦਾ ਸਨ ਇਨ ਲਾਅ, ਉਹਨਾਂ ਸਾਰਿਆਂ ਨੂੰ ਨਾਮਜ਼ਦ ਕੀਤਾ। ਤੇ ਲੇਡੀ ਅਰੈਸਟ ਹੋ ਗਈ? ਨਹੀਂ ਜੀ, ਲੇਡੀ ਦੀ ਜਿਹੜੀ ਆ ਅਸੀਂ ਅਸਲ ਆਈਡੈਂਟੀ ਅਸਰਟੇਨ ਕਰ ਲਈ ਆ, ਉਹ ਸੰਗਰੂਰ ਜ਼ਿਲ੍ਹੇ ਦੀ ਹੀ ਰਹਿਣ ਵਾਲੀ ਆ, ਤੇ ਉਹਦੇ ਲਈ ਰੇਡਸ ਜਾਰੀ ਨੇ, ਉਹਨੂੰ ਜਲਦੀ ਅਰੈਸਟ। ਭੋਲੇ ਵਾਲੇ ਲੋਕਾਂ ਨੂੰ ਕਿਸ ਤਰ੍ਹਾਂ ਠੱਗਿਆ ਜਾਂਦਾ ਹੈ, ਇਹ ਲਗਾਤਾਰ ਤੁਸੀਂ ਲੋਕਾਂ ਨੂੰ ਵੀ ਅਪੀਲ ਕਰੋ ਜੇ ਆਪਾਂ ਗੱਲ ਕਰੀਏ, ਕਿਉਂਕਿ ਫੇਕ ਕਰਕੇ
ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਨ ਦੀ ਗੱਲ ਕਰਦੇ ਹੋ, ਕਿਸ ਤਰ੍ਹਾਂ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਚੀਜ਼ਾਂ ਤੋਂ ਬਚੋ ਕਿ ਠੱਗੀ ਤੁਹਾਡੇ ਨਾਲ ਹੋ ਰਹੀ ਹੈ, ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਕਿ ਫੇਕ ਰਜਿਸਟਰੀ ਕਰਾ ਲਈ ਜਾਂ ਫੇਕ ਉਹਦੇ 'ਤੇ ਕਬਜ਼ਾ ਹੋ ਗਿਆ। ਬੇਸਿਕਲੀ ਦੇਖੋ ਜੀ, ਦੋ ਤਿੰਨ ਚੀਜ਼ਾਂ ਨੇ। ਇੱਕ ਤਾਂ ਜਿਵੇਂ ਆਪਾਂ ਦੇਖਦੇ ਹਾਂ ਮੋਹਾਲੀ ਜ਼ਿਲ੍ਹੇ ਦੇ ਆਸ ਪਾਸ ਜੋ ਆਸ ਪਾਸ ਦਾ ਏਰੀਆ ਹੈਗਾ, ਖਰੜ 'ਚ ਵੀ ਖਾਸ ਤੌਰ 'ਤੇ ਕਈ ਲੋਕਾਂ ਨੇ, ਬਾਹਰ ਲੋਕ ਰਹਿੰਦੇ ਨੇ, ਆਪਦੀ ਮਿਹਨਤ ਦੀ ਕਮਾਈ ਨਾਲ ਇੱਥੇ ਪ੍ਰੋਪਰਟੀਜ਼ ਵਗੈਰਾ ਬਣਾਈਆਂ ਹੋਈਆਂ ਨੇ, ਤਾਂ ਇਹੀ ਆ ਉਹਨਾਂ ਨੂੰ ਮਤਲਬ ਟਾਈਮ ਟੂ ਟਾਈਮ ਉੱਥੇ ਨਿਗਾਹ ਰੱਖਣੀ ਚਾਹੀਦੀ, ਆਸ ਪਾਸ ਲੋਕਲ ਕੰਟੈਕਟ ਰੱਖਣਾ ਚਾਹੀਦਾ ਤਾਂ ਕਿ ਉਹਨਾਂ ਨਾਲ ਅਜਿਹੀ ਕੋਈ ਠੱਗੀ ਨਾ ਹੋਵੇ। ਅਤੇ ਨੰਬਰ 2, ਜਿਹੜੇ ਆਪਣੇ ਅਸਲ ਡਾਕੂਮੈਂਟਸ ਨੇ, ਆਧਾਰ ਕਾਰਡ, ਪੈਨ ਕਾਰਡ ਜਾਂ ਹੋਰ ਪ੍ਰੋਪਰਟੀ ਰਿਲੇਟਡ ਡਾਕੂਮੈਂਟਸ ਨੇ, ਉਹਨਾਂ ਨੂੰ ਆਪਣੇ ਜਿਹੜਾ ਹੈਗਾ ਸੇਫ ਕਸਟਡੀ ਦੇ ਵਿੱਚ ਕਿਸੇ ਨਾਲ ਸ਼ੇਅਰ ਨਾ ਕਰੋ। ਹਾਂਜੀ ਬਿਲਕੁਲ, ਕਿਸੇ ਨਾਲ ਸ਼ੇਅਰ ਨਾ ਕਰੋ। ਉਹ ਜੇ ਅਸਲ ਡਾਕੂਮੈਂਟ ਸ਼ੇਅਰ ਹੋਊਗਾ ਤਾਂ ਹੀ ਅੱਗੇ ਫੋਰਜਰੀ ਜਾਂ ਫੈਬਰੀਕੇਸ਼ਨ ਹੋਊਗੀ। ਤੇ ਬਿਲਕੁਲ, ਜਿੱਦਾਂ ਲਗਾਤਾਰ ਪੁਲਿਸ ਵੱਲੋਂ ਵੀ ਵਾਰ ਵਾਰ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਜਿਹੜਾ ਵੀ ਹੈਗਾ ਤੁਸੀਂ ਵਾਰ ਵਾਰ ਨਿਗਾਹ ਤੇ ਰੱਖੋ, ਲੋਕਲ ਦੇ ਨਾਲ ਸੰਪਰਕ ਰਹੋ, ਤੇ ਆਪਣੇ ਜਿੰਨੇ ਵੀ ਤੁਹਾਡੇ ਡਾਕੂਮੈਂਟਸ ਨੇ, ਜ਼ਰੂਰੀ ਆਧਾਰ ਕਾਰਡ ਜਾਂ ਪੈਨ ਕਾਰਡ ਜਾਂ ਹੋਰ ਡਾਕੂਮੈਂਟਸ ਨੇ ਤੁਹਾਡੇ, ਉਹ ਜ਼ਰੂਰ ਤੁਸੀਂ ਸੇਫ ਰੱਖੋ ਕਿਸੇ ਨਾਲ, ਕਿਉਂਕਿ ਕਿਸੇ ਤੇ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ। ਔਰ ਇਸ ਤਰ੍ਹਾਂ ਦੀ ਠੱਗੀ ਆਈ ਹੈ, ਕਰੋੜਾਂ ਦੀ ਠੱਗੀ ਕਰਨ ਦੀ ਫਿਰਾਕ ਸੀਗੀ, ਔਰ ਆਪਣੇ ਹੀ ਵਿਦੇਸ਼ 'ਚ ਬਹਿ ਕੇ ਇਹ ਪੂਰਾ ਨੈਕਸਸ ਚਲਾ ਰਿਹਾ ਸੀਗਾ। ਹਾਲਾਂਕਿ ਪੁਲਿਸ ਹੁਣ ਲਗਾਤਾਰ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਟ ਕਰਦੀ ਜਾ ਰਹੀ, ਹੋਰ ਵੀ ਜੋ ਲੋਕ ਇਹਦੇ ਵਿੱਚ ਸ਼ਾਮਿਲ ਹੋਣਗੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਏਗਾ, ਲੇਕਿਨ ਬਹੁਤ ਸਾਰੀ ਚੀਜ਼ਾਂ ਇਹਦੇ ਵਿੱਚ ਨਿਕਲ ਕਰ ਹੁਣ ਸਾਹਮਣੇ ਆ ਗਈ। ਖਰੜ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।